ਰੋਟੀਆਂ ਦਾ ਕਰ ਕਹਿੰਦੇ ਕੁਛ ਕੁਛ ਨਹੀਂ ਉਹਦੇ ਚ ਕਿਸੇ ਹੈੱਡ ਟੀਚਰ ਨੂੰ ਬੁਲਾਓ ਕਿਤੇ ਨਹੀਂ ਬੁਲਾਉਂਦੇ ਤੁਸੀਂ ਕੀ ਕਰ ਰਹੇ ਸਾਰੇ ਕੋਈ ਨਹੀਂ
ਗੇਟ ਨੂੰ ਲੋਕ ਕਰਾ ਦੋ ਬਾਹਰੋਂ। ਦੋ ਕਲਾਸਾਂ ਬਿਠਾਓ, ਇਹਦੀ ਕਲਾਸ ਖਾਲੀ ਪਈ, ਇਹਦੀ ਖਾਲੀ ਪਈ। ਪ੍ਰਾਈਵੇਟ ਦੇ ਵਿੱਚ ਵੀ ਤਾਂ ਸੰਦੇ ਥੋੜ੍ਹੀ ਬਿਠਾਉਂਦੇ ਆ, ਉੱਥੇ ਵੀ ਤਾਂ ਉਨਾ ਹੀ ਹੁੰਦਾ ਨਾ। ਸਾਰਾ ਕੁਛ ਹੈ, ਬੈਂਚ ਹੈ, ਖਾਲੀ ਹੀ ਪਈਆਂ, ਦੱਸੋ ਆਹ ਵੀ ਖਾਲੀ ਪਈ, ਇੱਧਰ ਵੀ ਪਈਆਂ, ਬੱਚੇ ਥੱਲੇ ਕਿਉਂ ਬੈਠੇ? ਸਰ ਮੈਡਮ ਦੀ ਮਦਦ ਕਰੋ, ਬੱਚਿਆਂ ਦੇ ਬਾਹਰ ਰੱਖੋ, ਦੋਨੋਂ ਪਾਸੇ ਬੱਚੇ ਬੈਠੇ, ਖਾਲੀ ਇੱਧਰ ਕੋਈ ਬੈਗ ਨਹੀਂ ਹੈ, ਇੱਧਰ ਹੀ ਤੁਸੀਂ ਕਰਵਾਓ, ਠੀਕ ਹੈ ਸਰ।
I would go on and
ਸਕੂਲ ਜੀ ਹੋਰ ਕੋਈ ਬਹੁਤ ਹੋਰ ਕੋਈ ਪੜ੍ਹਦੇ ਸਲਾਉਂਦੇ ਬਹੁਤ ਨਹੀਂ ਮੈਂ ਕਿਹਾ ਬੋਲ ਬੋਲ ਨਹੀਂ ਦੇ ਰਹੇ ਇਸ਼ਤਿਹਾਰ ਕੀ ਹੁੰਦਾ
ਐਡ ਆਪਾਂ ਐਂ ਨਹੀਂ ਕਦੇ ਐਡ ਆਈ ਹੈ ਆਪਾਂ ਮੈਚ ਦੇਖਦੇ ਹਾਂ ਫਿਲਮ ਦੇਖਦੇ ਹਾਂ ਮੂਵੀ ਦੇਖਦੇ ਹਾਂ ਕੋਈ ਅਖਬਾਰ ਦੇ ਵਿੱਚ ਕੀ ਹੁੰਦੀ ਹੈ ਉਹ ਐਡ ਦੈਟ ਟੂ ਐਡਵਰਟਾਈਜ਼ਮੈਂਟ ਤੋਂ ਹੀ ਹੈ ਨਾ ਚਲੋ ਅੱਗੇ It was for the latest Bell computer.
ਕਿਹੜੀ ਚੀਜ਼ ਚੱਲ ਸਕਦੀ ਹੈ ਮੇਰੇ ਘਰ ਦੇ
ਕੀ ਪੜ੍ਹਦੇ ਸਰ ਤੁਸੀਂ? ਜਿੰਨ ਕਰ ਲਿਓ ਅਥਰਾਈਜ਼ ਕਰਿਆ ਨਾ ਠੀਕ ਹੈ ਬਸ ਠੀਕ ਹੈ
ਜਸਪ੍ਰੀਤ ਜੀ ਤੁਹਾਡੇ ਨਹੀਂ ਹੋਇਆ ਹੋ ਗਿਆ ਰਾਖੀ ਨੇ ਮੇਰਾ ਕੀਤਾ ਤੁਸੀਂ ਹੈਂ ਕੀਤਾ ਸੀ ਹੁਣ ਬੇਸਿਕ ਪਤਾ ਲੱਗਿਆ ਵਿੱਚ ਕੀ ਹੈ ਕੌਣ ਸਮਝਾਊਗਾ ਨਾ ਹੁੰਦਾ ਕੀ ਫਰਕ ਹੈ ਹਾਂ ਤੁਸੀਂ ਕਿਵੇਂ ਕੀਤਾ ਹਾਂ ਦੱਸੋ ਇਹ ਸਮਝਾਓ ਚੱਲਦੀ ਨੀ ਮੈਡਮ ਸਰ ਸੱਤ ਬੰਦੇ ਹਾਂ ਗਿਆਰਾਂ ਵਜੇ ਟਵੈਂਟੀ ਫਾਈਵ ਹੈ ਜੀ ਲੋਕੇਸ਼ਨ ਉਹਦੇ ਲੱਗ ਗਈ
ਠੀਕ ਹੈ ਕਰਕੇ